नमस्ते सत्रिया काल, मैं खुशबू लेके हाजिर हूं शो जिसका नाम है फिल्मी वर्ड, जिथे के ऐसी लेके आने आप बॉलीवुड बॉलीवुड ते हॉलीवुड ते अंदर दिया खबरा। आज भी दसांगे थानू फिल्मी जगत ते अंदर दिया खबरा ते भी दसांगे की चल रहा तोडे मनपसंद स्टार्स दी जिंदगी दे विच। गलबात दी शुरुआत करदे हां बॉलीवुड तो। ਪੰਜਾਬੀ ਸਿੰਗਰ ਅਤੇ ਐਕਟਰ ਜੱਸੀ ਗਿੱਲ ਇਨੀ ਦਿਨੀ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਆਪਣਾ ਜਲਵਾ ਦਿਖਾ ਰਹੇ ਨੇ। ਜੀ ਹਾਂ, ਜਲਦ ਹੀ ਜੱਸੀ ਗਿੱਲ ਕੰਗਨਾ ਰਣੌਤ ਦੇ ਨਾਲ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦਾ ਨਾਮ ਹੈ ਪੰਗਾ ਤੇ ਇਸ ਫਿਲਮ ਦੇ ਵਿੱਚ ਜੱਸੀ ਗਿੱਲ ਕੰਗਨਾ ਰਣੌਤ ਦੇ ਪਤੀ ਦੇ ਰੂਪ ਦੇ ਵਿੱਚ ਨਜ਼ਰ ਆਉਣਗੇ। ਉਹਦੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਲਗਾਤਾਰ ਲੋਕਾਂ ਦੇ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਤੁਹਾਨੂੰ ਦੱਸ ਦਈਏ ਕਿ ਲੋਕ ਇਸ ਟ੍ਰੇਲਰ ਦੇ ਉੱਤੇ ਮਜ਼ੇਦਾਰ ਕਮੈਂਟ ਕਰ ਰਹੇ ਨੇ ਅਤੇ ਕੁਝ ਦਾ ਕਹਿਣਾ ਕਿ ਇਹ ਫਿਲਮ ਸੁਪਰਹਿੱਟ ਸਾਬਿਤ ਹੋਵੇਗੀ। ਕੰਗਨਾ ਰਣੌਤ ਤੇ ਜੱਸੀ ਗਿੱਲ ਦੀ ਫਿਲਮ ਪੰਗਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਇਹ ਪਹਿਲੀ ਝਲਕ ਮਿਡਲ ਏਜ ਵੂਮਨ ਵੱਲੋਂ ਕਬੱਡੀ ਦੀ ਦੁਨੀਆ ਦੇ ਵਿੱਚ ਵਾਪਸੀ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਦੀ ਕਹਾਣੀ ਨੂੰ ਪੇਸ਼ ਕਰਦੀ ਹੈ। ਪੰਗਾ ਫਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਫਿਲਮ ਇੱਕ ਮਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ। ਫਿਲਮ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣੇ ਕਰੀਅਰ ਨੂੰ ਤਾਕ ਤੇ ਰੱਖ ਦਿੰਦੀ ਹੈ। ਇਸ ਦੇ ਨਾਲ ਟ੍ਰੇਲਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਲੋਕ ਕਿਸ ਤਰ੍ਹਾਂ ਅੜਚਨਾਂ ਖੜੀਆਂ ਕਰਦੇ ਹਨ। ਫਿਲਮ ਦੇ ਵਿੱਚ ਕੰਗਨਾ ਰਣੌਤ ਦੀ ਬਾ ਕਮਾਲ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਕੰਗਨਾ ਰਣੌਤ ਤੋਂ ਇਲਾਵਾ ਜੱਸੀ ਗਿੱਲ, ਰੀਚਾ ਚੱਢਾ, ਨੀਨਾ ਗੁਪਤਾ ਸਮੇਤ ਹੋਰ ਕਲਾਕਾਰਾਂ ਦੀ ਅਦਾਕਾਰੀ ਵੀ ਕਮਾਲ ਕਰ ਰਹੀ ਹੈ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। ਹੁਣ ਚੱਲਦੇ ਹਾਂ ਬਾਲੀਵੁੱਡ ਦੇ ਵੱਲ। ਕਈ ਪੰਜਾਬੀ ਫਿਲਮਾਂ ਦੇ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਐਮੀ ਵਿਰਕ ਅਤੇ ਸੋਨਮ ਬਾਜਵਾ ਜਲਦ ਹੀ ਇੱਕ ਨਵੀਂ ਫਿਲਮ ਦੇ ਵਿੱਚ ਨਜ਼ਰ ਆਉਣਗੇ। ਜੀ ਹਾਂ, ਇਸ ਫਿਲਮ ਦਾ ਨਾਮ ਹੋਵੇਗਾ ਪੁਆੜਾ ਤੇ ਇਸ ਫਿਲਮ ਦੇ ਬਾਰੇ ਸੋਨਮ ਬਾਜਵਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਫਿਲਮ ਦੇ ਬਾਰੇ ਦੱਸਿਆ ਹੈ। ਇਹ ਫਿਲਮ ਹਾਸਿਆਂ ਦੇ ਨਾਲ ਭਰੀ ਹੋਈ ਅਤੇ ਇੱਕ ਫੈਮਿਲੀ ਡਰਾਮਾ ਫਿਲਮ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਕਈ ਹੋਰ ਸਿਤਾਰੇ ਨਜ਼ਰ ਆਉਣਗੇ। ਉੱਥੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਰੁਪਿੰਦਰ ਚਹਿਲ ਅਤੇ ਇਹ ਫਿਲਮ 5 ਜੂਨ 2020 ਨੂੰ ਰਿਲੀਜ਼ ਕੀਤੀ ਜਾਵੇਗੀ। ਸੋਨਮ ਬਾਜਵਾ ਤੇ ਐਮੀ ਵਿਰਕ ਅਜਿਹਾ ਨਾਮ ਹੈ ਜਿਨ੍ਹਾਂ ਦਾ ਸਿੱਕਾ ਅੱਜ ਕੱਲ ਖੂਬ ਚੱਲ ਰਿਹਾ ਹੈ। ਉਂਝ ਤਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਇਕੱਠੇ ਕਈ ਫਿਲਮਾਂ ਕੀਤੀਆਂ ਹਨ, ਪਰ ਹੁਣ ਇਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਪੁਆੜਾ। ਸੋਨਮ ਬਾਜਵਾ ਤੇ ਐਮੀ ਵਿਰਕ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ। ਖੁਸ਼ਖਬਰੀ ਇਹ ਹੈ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਹ ਫਿਲਮ ਪਹਿਲਾਂ 12 ਜੂਨ 2020 ਨੂੰ ਰਿਲੀਜ਼ ਹੋਣੀ ਸੀ, ਜਿਸ ਨੂੰ ਬਦਲ ਕੇ ਹੁਣ 5 ਜੂਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹਨਾਂ ਸਟਾਰਸ ਦੇ ਫੈਨ ਹੋਰ ਜ਼ਿਆਦਾ ਉਤਸ਼ਾਹਿਤ ਹੋ ਗਏ ਹਨ। ਦੱਸ ਦਈਏ ਕਿ ਇਹ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ। ਹੁਣ ਅਗਲਾ ਅਪਡੇਟ ਹੈ ਹਾਲੀਵੁੱਡ ਤੋਂ। ਹਾਲੀਵੁੱਡ ਐਕਟਰੈਸ ਜੈਨੀਫਰ ਲੋਪੇਸ ਇਨੀ ਦਿਨੀ ਕਾਫੀ ਐਕਸਾਈਟਿਡ ਨੇ। ਜੀ ਹਾਂ, ਇਸ ਦੇ ਪਿੱਛੇ ਕਾਰਨ ਹੈ ਕਿ ਜੈਨੀਫਰ ਨੂੰ 2020 ਸੁਪਰ ਬਾਊਲ ਹਾਫ ਟਾਈਮ ਸ਼ੋਅ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ। ਇਸ ਉੱਤੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜੈਨੀਫਰ ਲੋਪੇਸ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕੰਮ ਕਰਨਾ ਆਸਕਰ ਜਿੱਤਣ ਦੇ ਬਰਾਬਰ ਹੈ। ਤੁਹਾਨੂੰ ਦੱਸ ਦਈਏ ਕਿ ਦਰਅਸਲ ਜੈਨੀਫਰ ਲੋਪੇਸ ਫਰਵਰੀ ਦੇ ਵਿੱਚ ਸ਼ਕੀਰਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਉਹਨਾਂ ਨੇ ਕਿਹਾ ਕਿ ਸਾਲ 2019 ਉਹਨਾਂ ਦੇ ਲਈ ਬੇਹੱਦ ਸੰਘਰਸ਼ ਵਾਲਾ ਰਿਹਾ ਹੈ ਤੇ ਉਮੀਦ ਹੈ ਕਿ ਸਾਲ 2020 ਦੇ ਵਿੱਚ ਉਹ ਆਪਣੇ ਹੋਰ ਸੁਪਨਿਆਂ ਨੂੰ ਸੱਚ ਕਰ ਸਕਣਗੇ। ਉੱਥੇ ਜੈਨੀਫਰ ਲੋਪੇਸ ਦੀ ਸੁਪਰ ਬਾਊਲ ਦੇ ਵਿੱਚ ਐਂਟਰੀ ਤੋਂ ਬਾਅਦ ਉਹਨਾਂ ਦੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਹਾਲੀਵੁੱਡ ਦੀ ਜਿੱਥੇ ਗੱਲ ਹੁੰਦੀ ਹੈ ਉੱਥੇ ਜੈਨੀਫਰ ਲੋਪੇਸ ਦਾ ਨਾਮ ਆਪਣੇ ਆਪ ਆ ਜਾਂਦਾ ਹੈ। ਦੱਸ ਦਈਏ ਕਿ ਜੈਨੀਫਰ ਇੱਕ ਅਜਿਹੀ ਅਦਾਕਾਰਾ ਹੈ ਜਿਸ ਦਾ ਸਿੱਕਾ ਹਮੇਸ਼ਾ ਹੀ ਤੇਜ ਰਿਹਾ ਹੈ। ਜਿੱਥੇ ਜੈਨੀਫਰ ਲੋਪੇਸ ਸਾਰੀਆਂ ਐਕਟਰੈਸ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਕਟਰੈਸ ਬਣੀ ਹੈ, ਉੱਥੇ ਹੀ ਜੈਨੀਫਰ ਲੋਪੇਸ ਇੱਕ ਵਾਰ ਫਿਰ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਜੈਨੀਫਰ ਨੂੰ 2020 ਸੁਪਰ ਬਾਊਲ ਹਾਫ ਟਾਈਮ ਸ਼ੋਅ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਉਹ ਸ਼ਕੀਰਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਦਰਅਸਲ ਜੈਨੀਫਰ ਲੋਪੇਸ ਫਰਵਰੀ ਦੇ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਜੈਨੀਫਰ ਨੇ ਇਸ ਮੌਕੇ ਤੇ ਕਿਹਾ ਕਿ 2019 ਉਹਨਾਂ ਦੇ ਲਈ ਕਾਫੀ ਸੰਘਰਸ਼ ਵਾਲਾ ਸੀ ਅਤੇ ਉਮੀਦ ਕਰਦੇ ਹਨ ਕਿ 2020 ਉਹਨਾਂ ਦੇ ਲਈ ਖੁਸ਼ੀਆਂ ਲੈ ਕੇ ਆਵੇਗਾ। ਸੋ ਇਹ ਤਾਂ ਰਹੀਆਂ ਫਿਲਮੀ ਜਗਤ ਦੇ ਨਾਲ ਜੁੜੀਆਂ ਅੰਦਰ ਦੀਆਂ ਖਬਰਾਂ। ਅਜਿਹੀਆਂ ਹੋਰ ਅਪਡੇਟਸ ਲਈ ਸਾਡੇ ਫੇਸਬੁੱਕ ਤੇ ਅਫੀਸ਼ੀਅਲ ਪੇਜ ਯੂਨਾਈਟਿਡ ਐਨਆਰਆਈ ਪੋਸਟ ਤੇ ਜਾ ਕੇ ਹੋਰ ਫਿਲਮੀ ਅਪਡੇਟਸ ਲੈ ਸਕਦੇ ਹੋ। ਸੋ ਮੈਨੂੰ ਤਾਂ ਇਜਾਜ਼ਤ, ਜਲਦੀ ਮਿਲਾਂਗੇ ਅਜਿਹੀਆਂ ਹੋਰ ਅਪਡੇਟਸ ਦੇ ਨਾਲ।